ਮੇਅਰ ਚੋਣਾਂ ਨੂੰ ਲੈ ਕੇ ਚੰਡੀਗੜ੍ਹ ਵਿਚ ਚੱਲ ਰਹੀ ਸਿਆਸੀ ਉਥਲ ਪੁਥਲ ਦਰਮਿਆਨ ਅੱਜ 30 ਜਨਵਰੀ ਦਿਨ ਮੰਗਲਵਾਰ ਨੂੰ ਨਵੇਂ ਮੇਅਰ ਦੀ ਚੋਣ ਹੋਣ ਜਾ ਰਹੀ ਹੈ। ਚੰਡੀਗੜ੍ਹ ਵਿਚ ਅੱਜ ਮੇਅਰ, ਡਿਪਟੀ ਮੇਅਰ ਤੇ ਸੀਨੀਅਰ ਡਿਪਟੀ ਮੇਅਰ ਲਈ ਚੋਣ ਹੋਵੇਗੀ। ਚੋਣਾਂ ਦੇ ਵਿਚ ਕਾਂਗਰਸ, ਆਮ ਆਦਮੀ ਪਾਰਟੀ ਗਠਜੋੜ ਅਤੇ ਭਾਜਪਾ ਵਿਚਾਲੇ ਸਿੱਧਾ ਮੁਕਾਬਲਾ ਹੈ। ਭਾਜਪਾ ਨੂੰ ਮਾਤ ਦੇਣ ਦੇ ਲਈ ਕਾਂਗਰਸ ਤੇ ਆਮ ਆਦਮੀ ਪਾਰਟੀ ਇਕੱਠੇ ਹੋਏ ਨੇ। ਦੱਸ ਦਈਏ ਕਿ ਨਗਰ ਨਿਗਮ ਦੇ ਚੁਣੇ ਹੋਏ ਕੌਂਸਲਰ ਸ਼ਹਿਰ ਦੀ ਮੇਅਰ ਦੀ ਚੋਣ ਦੇ ਵਿਚ ਵੋਟ ਭੁਗਤਾਉਂਦੇ ਨੇ। ਇਸ ਤੋਂ ਇਲਾਵਾ ਚੰਡੀਗੜ੍ਹ ਤੋਂ ਸੰਸਦ ਮੈਂਬਰ ਦੀ ਵੀ ਇੱਕ ਵੋਟ ਗਿਣੀ ਜਾਂਦੀ ਹੈ। ਚੰਡੀਗੜ੍ਹ ਨਗਰ ਨਿਗਮ ਦੀ ਗੱਲ ਕਰੀਏ ਤਾਂ ਕੁੱਲ 35 ਕੌਂਸਲਰ ਨੇ। ਇਨ੍ਹਾਂ 35 ਵੋਟਾਂ ਤੋਂ ਇਲਾਵਾ ਮੇਅਰ ਦੀ ਚੋਣ ਦੇ ਵਿਚ ਸੰਸਦ ਮੈਂਬਰ ਦੀ ਵੋਟ ਦੀ ਵੀ ਮਾਨਤਾ ਹੈ। ਇਨ੍ਹਾਂ ਵਿਚ ਭਾਜਪਾ ਦੇ 15, ਆਮ ਆਦਮੀ ਪਾਰਟੀ ਦੇ 13, ਕਾਂਗਰਸ ਦੇ 7 ਅਤੇ ਅਕਾਲੀ ਦਲ ਦਾ 1 ਕੌਂਸਲਰ ਸ਼ਾਮਲ ਹੈ। ਮੇਅਰ ਦੀ ਚੋਣ ਵਿਚ 1 ਵੋਟ ਸੰਸਦ ਮੈਂਬਰ ਕਿਰਨ ਖੇਰ ਦੀ ਹੈ। ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਇਸ ਗਠਜੋੜ ਤੋਂ ਬਾਅਦ ਦੋਵਾਂ ਦੇ ਕੌਂਸਲਰਾਂ ਦੀ ਗਿਣਤੀ 20 ਹੋ ਗਈ ਹੈ। ਜੇਕਰ ਸਾਰੇ ਕੌਂਸਲਰ ਆਪਣੀ ਪਾਰਟੀ ਦੇ ਉਮੀਦਵਾਰ ਨੂੰ ਵੋਟ ਦਿੰਦੇ ਨੇ ਤਾਂ ਉਹ ਆਸਾਨੀ ਨਾਲ ਜਿੱਤ ਜਾਣਗੇ। ਚੋਣਾਂ ਦੌਰਾਨ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੁਖਤਾ ਇੰਤਜ਼ਾਮਾਤ ਕੀਤੇ ਗਏ ਨੇ। ਹਾਲਾਂਕਿ ਪ੍ਰੀਜ਼ਾਈਡਿੰਗ ਆਫਿਸਰ ਦੇ ਆਉਣ ਦੇ ਵਿਚ ਦੇਰੀ ਹੋਈ ਹੈ, ਜਿਸ ਕਾਰਨ ਚੋਣਾਂ ਦੇ ਸ਼ੁਰੂ ਹੋਣ ਦੇ ਵਿਚ ਵੀ ਦੇਰੀ ਹੋਈ। ਚੰਡੀਗੜ੍ਹ ਪੁਲਿਸ ਦੇ ਵੱਲੋਂ ਇਨ੍ਹਾਂ ਚੋਣਾਂ ਸੰਬੰਧੀ ਨਗਰ ਨਿਗਮ ਵਿਚ ਬਾਹਰੀ ਜਾਂ ਕਿਸੇ ਹੋਰ ਸ਼ੱਕੀ ਵਿਅਕਤੀ ਦੇ ਦਾਖਲੇ ਤੇ ਪੂਰੀ ਪਾਬੰਦੀ ਲਗਾਈ ਗਈ ਹੈ। ਨਿਗਮ ਭਵਨ ਦੇ ਵਿਚ ਨਿਗਮ ਕੌਂਸਲਰਾਂ, ਨਿਗਮ ਅਧਿਕਾਰੀਆਂ ਅਤੇ ਕਰਮਚਾਰੀਆਂ ਤੋਂ ਇਲਾਵਾ ਹੋਰ ਕਿਸੇ ਬਾਹਰੀ ਵਿਅਕਤੀ, ਕੌਂਸਲਰਾਂ ਦੇ ਸਮਰਥਕਾਂ, ਪਾਰਟੀ ਆਗੂਆਂ ਤੇ ਦੂਜੇ ਰਾਜਾਂ ਦੀ ਪੁਲਿਸ ਦੇ ਦਾਖਲੇ ਤੇ ਰੋਕ ਰਹੇਗੀ। ਜ਼ਿਕਰ ਖਾਸ ਹੈ ਕਿ ਇਸ ਤੋਂ ਪਹਿਲਾਂ ਇਹ ਚੋਣ ਲੰਘੀ 18 ਜਨਵਰੀ ਨੂੰ ਹੋਣੀ ਸੀ, ਪਰ ਪ੍ਰੀਜ਼ਾਈਡਿੰਗ ਅਧਿਕਾਰੀ ਦੇ ਬਿਮਾਰ ਹੋਣ ਕਾਰਨ ਤੇ ਸੁਰੱਖਿਆ ਕਾਰਨਾਂ ਕਾਰਨ 18 ਜਨਵਰੀ ਨੂੰ ਹੋਣ ਵਾਲੀ ਮੇਅਰ ਦੀ ਚੋਣ ਮੁਅੱਤਲ ਕਰ ਦਿੱਤੀ ਗਈ ਸੀ। ਹਾਈਕੋਰਟ ਦੇ ਫੈਸਲੇ ਦੇ ਮਗਰੋਂ ਹੁਣ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਅੱਜ ਯਾਨੀ ਕਿ 30 ਜਨਵਰੀ ਨੂੰ ਇਹ ਚੋਣਾਂ ਕਰਵਾਈਆਂ ਜਾ ਰਹੀਆਂ ਨੇ। ਅੱਜ ਦੀ ਮੇਅਰ ਇਲੈਕਸ਼ਨ ਦੇ ਮੱਦੇਨਜ਼ਰ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੇ ਤਹਿਤ ਅਸੀਂ ਇੱਥੇ ਭਾਰੀ ਪੁਲਿਸ ਫੋਰਸ ਤੈਨਾਤ ਕੀਤੀ ਹੈ। 700 ਤੋਂ ਉੱਪਰ ਫੋਰਸ ਸਾਡੀ ਇੱਥੇ ਤੈਨਾਤ ਹੈ। ITBP ਦਾ ਕੰਪੋਨੈਂਟ ਲੱਗਿਆ ਹੈ, CRPF ਦੀ ਰੈਪਿਡ ਐਕਸ਼ਨ ਫੋਰਸ ਇੱਥੇ ਲੱਗੀ ਹੋਈ ਹੈ, ਚੰਡੀਗੜ੍ਹ ਪੁਲਿਸ ਦੇ ਕੰਪੋਨੈਂਟ ਲੱਗੇ ਹੋਏ ਨੇ, ਸੀਨੀਅਰ ਅਫਸਰਾਂ ਖੁਦ ਮੌਜੂਦ ਨੇ ਫੀਲਡ 'ਚ। CCTV ਕੈਮਰਾਜ਼ ਦੀ ਕਵਰੇਜ 100% ਹੋ ਰਹੀ ਹੈ ਅਤੇ ਜਿਹੜੇ ਵੀ ਡਾਇਰੈਕਸ਼ਨ ਮਾਣਯੋਗ ਹਾਈਕੋਰਟ ਨੇ ਦਿੱਤੇ ਸੀ ਸਾਰਿਆਂ ਦੀ ਕੰਪਲਾਈਂਸ ਹੋ ਰਹੀ ਹੈ, ਪੂਰੇ ਲਾਅ ਐਂਡ ਆਰਡਰ ਨੂੰ ਇਨਸ਼ੋਰ ਕੀਤਾ ਜਾਏਗਾ, ਬਹਾਲ ਕੀਤਾ ਜਾਏਗਾ। ਅੱਜ ਐਂਟਰੀ ਲਈ ਸਿਰਫ ਕਾਉਂਸਲਰ ਜਿਨ੍ਹਾਂ ਨੇ ਵੋਟ ਪਾਉਣੀ ਹੈ ਅਤੇ ਮਾਣਯੋਗ MP ਜਿਨ੍ਹਾਂ ਦੀ ਵੋਟ ਹੈ ਉਹੀ ਅਲਾਊਡ ਨੇ। ਉਸ ਤੋਂ ਇਲਾਵਾ ਬਿਲਡਿੰਗ ਦੇ ਅੰਦਰ MC ਦੇ ਇੰਪਲੋਈਜ਼ ਜਿਹੜੇ ਰੋਜ਼ਾਨਾ ਦੇ ਤਰ੍ਹਾਂ ਆਪਣੇ ਆਫਿਸ ਆਏ ਨੇ ਉਹਨਾਂ ਨੂੰ ਹੀ ਅਲਾਊ ਕੀਤਾ ਜਾ ਰਿਹਾ, ਹੋਰ ਕਿਸੇ ਨਾਲ ਪਾਸ ਧਾਰਕ ਕਾਉਂਸਲਰ ਨਾਲ ਅਲਾਊਡ ਨਹੀਂ ਹੈ ਅਤੇ ਉਹਨਾਂ ਨੂੰ ਕੋਈ ਐਂਟਰੀ ਨਹੀਂ ਹੈ। ਵੋਟ ਸ਼ੁਰੂ ਹੋ ਚੁੱਕੀ ਜੀ, ਹੁਣੇ ਅਸੀਂ ਅੰਦਰੋਂ ਲਾਈਵ ਫੀਡਬੈਕ ਲੈ ਰਹੇ ਹਾਂ ਅਤੇ ਤੁਹਾਨੂੰ ਅਪਡੇਟ ਕਰਦੇ ਰਹਾਂਗੇ ਜੀ।